ਪੰਜਾਬ ਦੇ ਵਿੱਚ ਕੁਝ ਬੰਦ ਪਏ ਟੋਲ ਪਲਾਜ਼ਾ ਦੇ ਮਾਮਲੇ ਤੇ ਕੱਲ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਫੇਰ ਸੁਣਵਾਈ ਹੋਈ ਤੇ ਵਾਰੀ-ਵਾਰੀ ਭਰੋਸੇ ਦੇਣ ਦੇ ਬਾਵਜੂਦ ਟੋਲ ਪਲਾਜ਼ਾ ਨੂੰ ਸੁਚਾਰੂ ਢੰਗ ਨਾਲ ਨਾ ਚਲਾਉਣ ਦੇ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਫੇਰ ਝਾੜ-ਚੰਕ ਕੀਤੀ ਜਿਸ ਤੋਂ ਬਾਅਦ ਸਰਕਾਰ ਨੇ 4 ਹਫ਼ਤਿਆਂ ਦੇ ਵਿੱਚ ਹੱਲ ਕੱਢਣ ਦਾ ਵਾਅਦਾ ਕੀਤਾ ਹੈ ਅਦਾਲਤ ਨੇ 13 ਸਤੰਬਰ ਤੱਕ ਹਲਫਨਾਮਾ ਦਾਖਲ ਕਰਨ ਲਈ ਕਿਹਾ ਹੈ ਹਾਈ ਕੋਰਟ ਦੇ ਜਸਟਿਸ ਵਿਨੋਦ ਐਸ ਭਾਰਦवाज ਨੇ ਕਿਹਾ ਕਿ ਵਾਰੀ ਵਾਰੀ ਸਮੱਸਿਆ ਦਾ ਪੈਦਾ ਹੋਣਾ ਸਰਕਾਰ ਦੇ ਵੱਲੋਂ ਵਚਨਬੱਧਤਾ ਦੀ ਕਮੀ ਤੇ ਉਸ ਅਗੇ ਲਿਆਂਦੇ ਗਏ ਮੁੱਦਿਆਂ ਪ੍ਰਤੀ ਉਸ ਦੇ ਢਿੱਲੇ ਮੱਠੇ ਰਵੱਈਏ ਨੂੰ ਦਰਸਾਉਂਦਾ ਹੈ ਪ੍ਰਦਰਸ਼ਨਕਾਰੀਆਂ ਨੇ ਆਪਣੇ ਫਰਜ਼ਾਂ ਤੇ ਜ਼ਿੰਮੇਵਾਰੀਆਂ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਨਹੀਂ ਕੀਤੀ ਪ੍ਰਦਰਸ਼ਨ ਦੌਰਾਨ ਅਮਨ ਕਾਨੂੰਨ ਬਣਾਈ ਰੱਖਣਾ ਪੁਲਿਸ ਪ੍ਰਸ਼ਾਸਨ ਦਾ ਕੰਮ ਹੈ ਹਾਈ ਕੋਰਟ ਦੀਆਂ ਇਹ ਟਿੱਪਣੀਆਂ ਨੈਸ਼ਨਲ ਹਾਈਵੇ ਥੌਰੀਟੀ ਆਫ ਇੰਡੀਆ ਤੇ ਹੋਰ ਪਟੀਸ਼ਨਰਾਂ ਦੇ ਵੱਲੋਂ ਸੀਨੀਅਰ ਵਕੀਲ ਚੇਤਨ ਮਿੱਤਲ ਤੇ ਆਰ ਐਸ ਮਦਾਨ ਤੇ ਮਯੰਕ ਵਿੱਚ ਕੀਤੀਆਂ ਨੇ ਕੋਰਟ ਨੇ ਇਸ ਗੱਲ ਦਾ ਨੋਟਿਸ ਲਿਆ ਕਿ ਪਿਛਲੇ ਸਾਲ 15 ਫਰਵਰੀ ਤੇ 12 ਜੁਲਾਈ ਦੇ ਹਲਫਨਾਮੇ ਦੇ ਵਿੱਚ ਪਰੋਸਾ ਦੇਣ ਦੇ ਬਾਵਜੂਦ ਪੰਜਾਬ ਸਰਕਾਰ ਟੋਲ ਪਲਾਜ਼ਾ ਤੇ ਗੜਬੜੀ ਤੇ ਨੁਕਸਾਨ ਨੂੰ ਨਹੀਂ ਰੋਕ ਸਕੀ ਪੰਜਾਬ ਦੇ ਵਿੱਚ ਸਭ ਤੋਂ ਵੱਡੇ ਲੱਡਵਾਲ ਟੋਲ ਪਲਾਜ਼ਾ ਤੋਂ ਇਲਾਵਾ ਕਈ ਹੋਰ ਪਲਾਜ਼ੇ ਬੰਦ ਪਏ ਨੇ ਤੇ ਪੰਜਾਬ ਸਰਕਾਰ ਨੇ ਹੁਣ ਇੱਕ ਮਹੀਨੇ ਦੇ ਅੰਦਰ-ਅੰਦਰ ਇਹਨਾਂ ਨੂੰ ਮੁੜ ਤੋਂ ਸ਼ੁਰੂ ਕਰਨ ਦਾ ਵਾਅਦਾ ਅਦਾਲਤ ਦੇ ਨਾਲ ਕਰ ਲਿਆ ਹੈ ਤੇ ਹੁਣ ਦੇਖਣਾ ਹੋਏਗਾ ਕਿ ਪੰਜਾਬ ਕਿਵੇਂ ਇਹਨਾਂ ਹਾਲਾਤਾਂ ਦੇ ਨਾਲ ਨਜਿੱਠੇਗੀ। ਨੈਸ਼ਨਲ ਹਾਈਵੇ ਔਥੋਰਟੀ ਆਫ ਇੰਡੀਆ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਉਹਨਾਂ ਨੂੰ ਇੱਕ ਮਹੀਨੇ ਦੇ ਅੰਦਰ-ਅੰਦਰ 195 ਕਰੋੜ 58 ਲੱਖ ਦਾ ਨੁਕਸਾਨ ਹੋਇਆ ਹੈ ਜਿਸ ਤੇ ਅਦਾਲਤ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ। ਪੰਜਾਬ ਪੁਲਿਸ ਦੇ ਸੀਨੀਅਰ ਅਫਸਰ ਅਰਪਿਤ ਸ਼ੁਕਲਾ ਕੱਲ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਕੱਲ ਕਾਰਗਿਲ ਵਿਜੇ ਦਿਵਸ ਦੀ 3ਵੀਂ ਬਰੇ ਗੰਡ ਮੌਕੇ ਪਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਗਿਲ ਦੇ ਦਰਾਸ ਪਹੁੰਚੇ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਅਤਵਾਦੀ ਕਿਸੇ ਵੀ ਕੋਸ਼ਿਸ਼ ਦਾ ਅਸੀਂ ਮੂੰਹ ਤੋੜ ਜਵਾਬ ਦੇਾਂਗੇ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਨੂੰ ਸਖਤ ਚੇਤਾਵਨੀ ਦਿੱਤੀ ਅਤੇ ਆਪਣੀਆਂ ਹਰਕਤਾਂ ਤੋਂ ਬਾਹਰ ਜਾਣ ਲਈ ਕਿਹਾ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਕਾਰਗਿਲ ਦੀ ਜੰਗ ਵਿੱਚ ਸ਼ਹੀਦ ਹੋਣ ਵਾਲੇ ਸਾਡੇ ਮੁਲਕ ਦੇ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਸੰਬੋਧਨ ਕਰਦਿਆਂ ਅਗਨੀਪਥ ਸਕੀਮ ਦੇ ਨੁਕਤਾਚੀਨੀ ਦੇ ਲਈ ਵਿਰੋਧੀ ਧਿਰਾਂ ਨੂੰ ਨਿਸ਼ਾਨਾ ਵੀ ਬਣਾਇਆ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਇਥੇ ਸ਼ਿਨਕੁੰਲਾ ਸੁਰੰਗ ਪ੍ਰੋਜੈਕਟ ਲਈ ਪਹਿਲਾ ਬਲਾਸਟ ਕੀਤਾ ਦੂਜੀ ਪਾਸੇ ਵਿਰੋਧੀ ਧਿਰਾਂ ਨੇ ਪ੍ਰਧਾਨ ਮੰਤਰੀ ਮੋਦੀ ਦੀਆਂ ਟਿੱਪਣੀਆਂ ਦੀ ਆਲੋਚਨਾ ਕੀਤੀ ਕਾਂਗਰਸ ਪ੍ਰਧਾਨ ਮਲਕਾਰਜਨ ਖੜਗੇ ਅਤੇ ਪਾਰਟੀ ਦੇ ਹੋਰ ਲੀਡਰਾਂ ਨੇ ਪ੍ਰਧਾਨ ਮੰਤਰੀ ਤੇ ਅਗਨੀਪਦ ਦੇ ਮੁੱਦੇ ਤੇ ਘਟੀਆ ਸਿਆਸਤ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਮੋਦੀ ਦੀ ਇਹ ਟਿੱਪਣੀ ਕਿ ਉਹਨਾਂ ਦੀ ਸਰਕਾਰ ਨੇ ਤਾਂ ਫੌਜ ਦੇ ਕੈਨਤੀ ਯੋਜਨਾ ਲਾਗੂ ਕੀਤੀ ਸੀ ਪੂਰੀ ਤਰ੍ਹਾਂ ਝੂਠ ਹੈ ਕਹਿੰਦੇ ਬਹੁਤ ਹੀ ਬੰਦਪਾਗ ਅਤੇ ਨਿੰਦਣਯੋਗ ਹੈ ਕਿ ਪ੍ਰਧਾਨ ਮੰਤਰੀ ਜੀ ਕਾਰਗਿਲ ਵਿਜੇ ਦਿਵਸ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਰਗੇ ਮੌਕਿਆਂ ਤੇ ਵੀ ਘਟਿਆ ਸਿਆਸਤ ਕਰ ਰਹੇ ਨੇ ਇਸ ਤੋਂ ਪਹਿਲਾਂ ਕਿਸੇ ਪ੍ਰਧਾਨ ਮੰਤਰੀ ਨੇ ਅਜਿਹਾ ਨਹੀਂ ਕੀਤਾ ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ਦੇ ਵਿੱਚ ਕੱਲ ਬਾਵਾ ਹੰਗਾਮਾ ਹੋਇਆ ਮੀਟਿੰਗ ਦੌਰਾਨ ਇੰਡੀਆ ਗਾਰਡ ਚੋਰ ਦੀ ਕੌਂਸਲਰ ਆਪਸ ਦੇ ਵਿੱਚ ਮੇਨੂ ਮੇਣੀ ਹੋਏ ਹਾਲਾਂਕਿ ਮੀਟਿੰਗ ਦੌਰਾਨ ਕੁੱਲ 16 ਮਤੇ ਪੇਸ਼ ਕੀਤੇ ਗਏ 2 ਮਤੇ ਅਗਲੀ ਮੀਟਿੰਗ ਲਈ ਮੁਅਤਲ ਵੀ ਕਰ ਦਿੱਤੇ ਗਏ ਭਾਜਪਾ ਕੌਂਸਲਰਾਂ ਨੇ ਆਮ ਆਦਮੀ ਪਾਰਟੀ ਉੱਤੇ ਫੋਨ ਟੈਪਿੰਗ ਤੇ ਸੀਆਈਡੀ ਕਰਨ ਮੀਟਿੰਗ ਵਿੱਚ ਨਾਮਜ਼ਦ ਕਾਉਂਸਲਰ ਅਨਿਲ ਮਸੀ ਨੂੰ ਲੈ ਕੇ ਵੀ ਹੰਗਾਮਾ ਹੋਇਆ ਮਸੀ ਨੇ ਨਾਈਟ ਫੂਡ ਸਟਰੀਟ ਦੇ ਨਿਯਮਾਂ ਨੂੰ ਬਦਲਣ ਦੇ ਮਤੇ ਤੇ ਸਲਾਹ ਦਿੱਤੀ ਸੀ ਨੈਸ਼ਨਲ ਟੈਸਟਿੰਗ ਏਜੰਸੀ ਜਾਨੀ ਕਿ ਐਨਟੀਐਨਏ ਵਿਵਾਦਾਂ ਦੇ ਵਿੱਚ ਕਿ ਰੀਮੈਡੀਕਲ ਦਾਖਲਾ ਪ੍ਰੀਖਿਆ ਨੀਟ ਯੂਜੀ ਦਾ ਕੱਲ ਸੋਧਿਆ ਨਤੀਜਾ ਐਲਾਨ ਦਿੱਤਾ ਹੈ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੇ ਭਾਤਕ ਵਿਗਿਆਨ ਦੇ ਇੱਕ ਸਵਾਲ ਦੇ ਨੰਬਰ ਦਰੁਸਤ ਕਰਕੇ ਲਾਉਣ ਤੋਂ ਬਾਅਦ ਇਹ ਨਤੀਜਾ ਐਲਾਨਿਆ ਗਿਆ। ਸੋਧੇ ਹੋਏ ਨਤੀਜੇ ਵਿੱਚ 17 ਨੂੰ ਟਾਪਰ ਐਲਾਨਿਆ ਗਿਆ। ਇਸ ਤੋਂ ਪਹਿਲਾਂ ਟਾਪਰ ਐਲਾਨੇ ਗਏ 7 ਉਮੀਦਵਾਰਾਂ ਜੋ 44 ਨੇ ਉਸ ਵਿਸ਼ੇਸ਼ ਭਾਤਕੀ ਦੇ ਸਵਾਲ ਲਈ ਦਿੱਤੇ ਗਏ ਅੰਕਾਂ ਕਾਰਨ ਪੂਰੇ ਅੰਕ ਹਾਸਲ ਕੀਤੇ ਸਨ। ਕੁਝ ਸੈਂਟਰਾਂ ਤੇ ਸਮੇਂ ਦੇ ਨੁਕਸਾਨ ਕਰਕੇ 6 ਉਮੀਦਵਾਰਾਂ ਨੂੰ ਦਿੱਤੇ ਗਏ ਗ੍ਰੇਡ ਅੰਕ ਵਾਪਸ ਲੈਣ ਤੋਂ ਬਾਅਦ ਟਾਪਰਾਂ ਦੀ ਗਿਣਤੀ ਘਟ ਕੇ 48 ਰਹਿ ਗਈ ਸੀ। ਸੁਪਰੀਮ ਕੋਰਟ ਨੇ ਪ੍ਰੀਖਿਆ ਰਾਤਕਾਰਾਂ ਦੀ ਮੰਗਵਲੀਆਂ ਅਰਜ਼ੀਆਂ ਮੰਗਲਵਾਰ ਨੂੰ ਖਾਰਜ ਕਰ ਦਿੱਤੀਆਂ ਸਨ ਤੇ ਹੁਣ ਨਤੀਜਾ ਐਲਾਨ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਸੂਬੇ ਵਿੱਚ ਹਜ਼ਾਰਾਂ ਕਰੋੜ ਦੇ ਫਰਜ਼ੀ ਬਿੱਲ ਘੁਟਾਲੇ ਨੂੰ ਬੇਪਰਦ ਕੀਤਾ ਹੈ ਜਿਸ ਵਿੱਚ ਸੋਨੇ ਦਾ ਕਾਰੋਬਾਰ ਕਰਨ ਵਾਲੀਆਂ ਦੋ ਫਰਮਾਂ ਦੇ ਵੱਲੋਂ 860 ਕਰੋੜ ਰੁਪਏ ਦੇ ਜਾਲੀ ਬਿੱਲ ਤੇ ਲੋਹੇ ਦਾ ਕਾਰੋਬਾਰ ਕਰਨ ਵਾਲੀਆਂ 303 ਫਰਮਾਂ ਦੇ ਵੱਲੋਂ 4044 ਕਰੋੜ ਰੁਪਏ ਦੇ ਜਾਲੀ ਬਿੱਲ ਤਿਆਰ ਕਰਨਾ ਵੀ ਸ਼ਾਮਲ ਹੈ। 86 ਫਰਮਾਂ ਨੇ ਆਪਣੀਆਂ ਫਰਮਾਂ ਨੂੰ ਦੂਸਰਿਆਂ ਦੇ ਨਾਂ ਤੇ ਰਜਿਸਟਰ ਕਰਵਾ ਕੇ 533 ਕਰੋੜ ਰੁਪਏ ਦੇ ਫਰਜ਼ੀ ਬਿੱਲ ਤਿਆਰ ਕੀਤੇ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਰਕਾਰ ਦੇ ਵੱਲੋਂ ਹਜ਼ਾਰਾਂ ਕਰੋੜ ਦੇ ਫਰਜ਼ੀ ਬਿੱਲ ਘੁਟਾਲੇ ਨੂੰ ਬੇਪਰਦ ਕਰਨ ਦੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਅੰਮ੍ਰਿਤਸਰ ਦੇ ਵਿੱਚ ਸੋਨੇ ਦਾ ਕਾਰੋਬਾਰ ਕਰਨ ਵਾਲੀ ਇੱਕ ਫਰਮ ਨੇ ਸੋਨੇ ਦੀ ਵਿਕਰੀ ਅਤੇ ਖਰੀਦ ਲਈ 336 ਕਰੋੜ ਰੁਪਏ ਦੇ ਜਾਲੀ ਬਿੱਲ ਬਣਾ ਕੇ ਦੋ ਫਰਮਾਂ ਤੋਂ ਸੋਨਾ ਖਰੀਦਿਆ ਉਹਨਾਂ ਤੋਂ ਜਿਨ੍ਹਾਂ ਦੇ ਰਜਿਸਟ੍ਰੇਸ਼ਨ ਰੱਦ ਹੋ ਚੁੱਕੇ ਸੀ। ਸੋਨੇ ਦੇ ਲਾਂਡਨ ਵਿੱਚੋਂ ਹੀਰਾ ਫੇਰੀ ਕਰਨ ਵਾਲੀ ਲੁਧਿਆਣਾ ਸਥਿਤ ਫਰਮ ਦਾ ਜ਼ਿਕਰ ਕਰਦੇ ਹਾਂ ਖਜ਼ਾਨਾ ਮੰਤਰੀ ਨੇ ਕਿਹਾ ਕਿ ਇਸ ਫਰਮ ਨੇ 424 ਕਰੋੜ ਰੁਪਏ ਦੇ ਜਾਲੀ ਬਿਲਾ ਨਾਲ ਸੋਨੇ ਦੀ ਵਿਕਰੀ ਤੇ ਖਰੀਦ ਕੀਤੀ ਸੀ ਇਸ ਫਰਮ ਨੇ ਵੀ ਜਿਹੜੀਆਂ ਦੋ ਫਰਮਾਂ ਤੋਂ ਸੋਨਾ ਲਿਆ ਉਹਨਾਂ ਦੀ ਰਜਿਸਟ੍ਰੇਸ਼ਨ ਰੱਦ ਹੋ ਚੁੱਕੀ ਹੈ ਤੇ ਇਹਨਾਂ ਨੇ ਅੱਗੋਂ ਸੋਨੇ ਦੀ ਕੋਈ ਖਰੀਦ ਨਹੀਂ ਕੀਤੀ ਸੀ ਵਿਭਾਗ ਦੇ ਵੱਲੋਂ 5 ਜਣੇ ਦੀ شناخت ਕਰਕੇ ਉਹਨਾਂ ਖਿਲਾਫ ਲੁਧਿਆਣਾ ਦੇ ਵਿੱਚ ਐਫਆਈਆ ਦਰਜ ਕਰਵਾਈ ਗਈ ਹੈ 11 ਨੂੰ ਨਾਮ ਸਦ ਕੀਤਾ ਗਿਆ ਹੈ ਇਸ ਮਾਮਲੇ ਦੇ ਵਿੱਚ 533 ਕਰੋੜ ਰੁਪਏ ਦੀ ਜਾਲੀ ਬਿਲਿੰਗ ਪਾਈ ਗਈ ਹੈ ਜਿਸ ਕਾਰਨ ਕਰੀਬ 100 ਕਰੋੜ ਰੁਪਏ ਦੀ ਜਾਲੀ ਆਈਟੀਸੀ ਦਾ ਕਲੇਮ ਹੈ ਖਜ਼ਾਨਾ ਮੰਤਰੀ ਚੀਮਾ ਨੇ ਦੱਸਿਆ ਕਿ 68 ਅਜਈਆਂ ਫਰਮਾਂ ਨੂੰ ਵੀ ਫੜਿਆ ਗਿਆ ਹੈ ਜਿਨ੍ਹਾਂ ਦੇ ਰਜਿਸਟ੍ਰੇਸ਼ਨ ਦੂਸਰੇ ਦੇ ਨਾਮ ਤੇ ਸੀ ਮਾਲਕ ਕੰਪਨੀ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਜਾਂ ਨੌਕਰ ਬਣਾ ਦੱਤੇਗੇ ਮੁਲਜ਼ਮਾਂ ਦੇ ਦਸਤਾਵੇਜ਼ਾਂ ਦੀ ਗਲਤ ਵਰਤੋਂ ਕੀਤੀ ਗਈ ਪਰ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਸੁਕਲ 533 ਕਰੋੜ ਦੀ ਹੀਰਾ ਫੇਰੀ ਦਾ ਪਰਦਾਫਾਸ਼ ਪੰਜਾਬ ਸਰਕਾਰ ਨੇ ਕੀਤਾ ਹੈ ਭਾਰਤੀ ਸਭ ਤੋਂ ਵੱਡੀ ਅਦਾਲਤ ਨੇ ਯੂਪੀ ਉੱਤਰਾਖੰਡ ਤੇ ਮਧ ਪ੍ਰਦੇਸ਼ ਵੱਲੋਂ ਜਾਰੀ ਨਿਰਦੇਸ਼ਾਂ ਤੇ ਰੋਕ ਲਾਉਂਦੇ ਹੋਏ 22 ਜੁਲਾਈ ਦੇ ਆਪਣੇ ਅੰਤਰਿਮ ਹੁਕਮਾਂ ਨੂੰ ਕਾਂਵੜ ਯਾਤਰਾ ਦੇ ਮਸਲੇ ਵਿੱਚ ਬਰਕਰਾਰ ਰੱਖਿਆ ਹੈ। ਤਿੰਨਾਂ ਸੂਬਿਆਂ ਦੀਆਂ ਸਰਕਾਰਾਂ ਦੇ ਵੱਲੋਂ ਕਾਂਵੜ ਯਾਤਰਾ ਦੇ ਰੂਟ ਵਾਲੀਆਂ ਸੜਕਾਂ ਤੇ ਸਥਿਤ ਢਾਬਿਆਂ, ਹੋਟਲਾਂ ਤੇ ਖਾਣ-ਪੀਣ ਵਾਲੀਆਂ ਜਿਹੜੀਆਂ ਦੁਕਾਨਾਂ ਦੇ ਮਾਲਕਾਂ ਨੂੰ ਆਪਣੇ ਤੇ ਮੁਲਾਜ਼ਮਾਂ ਦੇ ਨਾਮ ਤੇ ਹੋਰ ਵੇਰਵੇ ਪ੍ਰਦਰਸ਼ਿਤ ਕਰਨ ਦੇ ਲਈ ਕਿਹਾ ਸੀ ਯਾਨੀ ਕਿ ਦੁਕਾਨ ਦੇ ਬਾਹਰ ਨਾਮ ਲਿਖਣ ਦੇ ਲਈ ਕਿਹਾ ਸੀ ਸੁਪਰੀਮ ਕੋਰਟ ਨੇ 22 ਜੁਲਾਈ ਨੂੰ ਇਹਨਾਂ ਹੁਕਮਾਂ ਤੇ ਰੋਕ ਲਾ ਦਿੱਤੀ ਸੀ ਤੇ ਹੁਣ ਇਸ ਰੋ ਨੋ ਹੋਵੇਗੀ ਭਾਰਤ ਦੇ ਪ੍ਰਧਾਨ ਮੰਤਰੀ ਦਿੱਲੀ ਵਿੱਚ ਅੱਜ ਨੀਤੀ ਆਯੋਗ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ ਪੰਜਾਬ ਹਿਮਾਚਲ ਕਰਨਾਟਕ ਅਤੇ ਤੇਲੰਗਾਨਾ ਤੋਂ ਇਲਾਵਾ ਕੁਝ ਹੋਰ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਮੀਟਿੰਗ ਦੇ ਬਾਈਕਾਟ ਦਾ ਫੈਸਲਾ ਕੀਤਾ ਹੈ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਵਿਰੋਧ ਦਰਜ ਕਰਵਾਉਣ ਦੇ ਲਈ ਇਸ ਮੀਟਿੰਗ ਦਾ ਹਿੱਸਾ ਬਣੇਗੀ ਮਮਤਾਬ એનર્ਜੀ ਦੇ ਮੁਤਾਬਿਕ ਮੋਦੀ ਸਰਕਾਰ ਵੱਲੋਂ ਬਣਾਈ ਗਈ ਨੀਤੀ ਆਯੂਗ ਨੂੰ ਭੰਗ ਕਰਕੇ ਮੁੜ ਤੋਂ ਯੋਜਨਾ ਕਮਿਸ਼ਨ ਨੂੰ ਬਹਾਲ ਕਰਨਾ ਚਾਹੀਦਾ ਹੈ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਵਿੱਚ 올림픽ਸ ਦਾ ਸ਼ਾਨਦਾਰ ਆਗਾਸ ਹੋ ਗਿਆ ਹੈ ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਗਮ ਦਾ ਰਵਾਇਤੀ ਐਥਲੀਟ ਮਾਰਚ ਸਟੇਡੀਅਮ ਦੀ ਥਾਂ ਐਤਕੀ ਸੀ ਨਦੀ ਤੇ ਹੋਇਆ ਤੇ ਇਹ ਪਹਿਲੀ ਵਾਰੀ ਹੋਇਆ ਮਾਰਚ ਵਿੱਚ ਸ਼ਾਮਲ ਵੱਖ-ਵੱਖ ਮੋਲਕਾਂ ਦੇ 8600 ਐਥਲੀਟਾਂ ਨੇ 90 ਤੋਂ ਵੱਧ ਕਿਸ਼ਤਿਆਂ ਵਿੱਚ ਸਵਾਰ ਹੋ ਕੇ ਸੀ ਨਦੀ 'ਤੇ ਰਾਹ 6 ਕਿਲੋਮੀਟਰ ਦਾ ਪੈਂਡਾ ਤੈਅ ਕੀਤਾ ਖੇਡਾਂ ਦੇ ਸਮਾਹਕੁੰਭ ਦੇ ਵਿੱਚ 10700 ਐਥਲੀਟ ਸ਼ਾਮਲ ਹੋਣਗੇ ਉਰ ਕਾਟਨੀ ਸਮਾਰੋਹ ਤੋਂ ਪਹਿਲਾਂ ਫਰਾਂਸ ਦੇ ਰਾਸ਼ਟਰਪਤੀ ਇਮਾਨੁਅਲ ਮੈਕਰਨ ਤੇ ਉਹਨਾਂ ਦੀ ਪਤਨੀ ਬਰਗੇਟ ਮੈਕਰਨ ਨੇ ਰਾਸ਼ਟਰਪਤੀ ਪੈਲੇਸ ਵਿੱਚ ਵਿਦੇਸ਼ੀ ਮਹਿਮਾਨਾਂ ਤੇ ਕੌਮਾਂਤਰੀ ਲੀਡਰਾਂ ਦਾ ਰਸਮੀ ਸਵਾਗਤ ਕੀਤਾ ਪੈਰਿਸ ਤੀਸਰੀ ਵਾਰੀ 올림픽 ਖੇਡਾਂ ਦੀ ਮੇਜ਼ਬਾਨੀ ਕਰ ਰਿਹਾ ਹੈ ਇਸ ਤੋਂ ਪਹਿਲਾਂ ਫਰਾਂਸ ਨੇ 1924 ਦੇ ਵਿੱਚ ਖੇਡਾਂ ਦੇ ਮਹਾਕੁੰਭ ਦੀ ਮੇਜ਼ਬਾਨੀ ਕੀਤੀ ਸੀ ਭਾਰਤੀ ਦਲ ਦੀ ਅਗਵਾਈ ਝੰਡਾ ਬਰਦਾਰ ਪੀਵੀ ਸੰਧੂ ਅਤੇ ਅਚੰਤਾ ਸ਼ਰਤ ਕਮਲ ਨੇ ਕੀਤੀ ਤੇ ਭਾਰਤੀ ਦਲ ਦੇ ਵਿੱਚ 12 ਖੇਡਾਂ ਦੇ ਕੁੱਲ 78 ਖਿਡਾਰੀ ਦੇ ਐਥਲੀਟ ਤੇ ਅਧਿਕਾਰੀ ਸ਼ਾਮਲ ਹੋਏ ਤਸਵੀਰਾਂ ਬਹੁਤ ਹੀ ਸ਼ਾਨਦਾਰ ਸਾਹਮਣੇ ਆਈਆਂ ਨੇ ਜਦੋਂ 6800 ਐਥਲੀਟਾਂ ਨੇ 90 ਤੋਂ ਵੱਧ ਕਿਸ਼ਤੀਆਂ ਉੱਤੇ ਮਾਰਚ ਕੀਤਾ ਪਰ ਇਸ ਉਦਘਾਟਨੀ ਸਮਾਰੋਹ ਤੋਂ ਪਹਿਲਾਂ ਫਰਾਂਸ ਦੇ ਵਿੱਚ ਜੋ ਕੁਝ ਵੀ ਹੋਇਆ ਉਹ ਸੱਚਮੁੱਚ ਚਿੰਤਾ ਵਾਲਾ ਹੈ ਉਦਘਾਟਨੀ ਸਮਾਗਮ ਤੋਂ ਪਹਿਲਾਂ ਸ਼ਰਾਰਤੀ ਅੰਸਰਾਂ ਨੇ ਕੁਝ ਥਾਵਾਂ ਤੇ ਰੇਲਵੇ ਪਟੜੀਆਂ ਪੱਟ ਦਿੱਤੀਆਂ ਤੇ ਕਈ ਥਾਈਂ ਅੱਗ ਲਾ ਦਿੱਤੀ ਵੱਖ-ਵੱਖ ਤਰੀਕਿਆਂ ਦੇ ਨਾਲ ਹਾਈ ਸਪੀਡ ਰੇਲ ਨੈੱਟਵਰਕ ਦਾ ਨੁਕਸਾਨ ਕੀਤਾ ਜਿਸ ਕਾਰਨ ਫਰਾਂਸ ਤੇ ਯੂਰਪ ਦੇ ਬਾਕੀ ਹਿੱਸਿਆਂ ਤੋਂ ਪੈरिस ਦੀ ਯਾਤਰਾ ਕਰ ਰਹੇ ਐਥਲੀਟਾਂ ਸਣੇ ਲੱਖਾਂ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇਹ ਹਮਲਾ ਓਪਨਿੰਗ ਸੈਰੇਮਨੀ ਤੋਂ ਕਰੀਬ 10 ਘੰਟੇ ਪਹਿਲਾਂ ਹੋਇਆ ਹਮਲੇ ਦੇ ਅੱਧੇ ਘੰਟੇ ਦੇ ਅੰਦਰ ਪੈਰਿਸ ਤੋਂ ਆਉਣ ਜਾਣ ਵਾਲੀਆਂ ਕਈ ਟ੍ਰੇਨਾਂ ਨੂੰ ਰੱਦ ਕਰਨਾ ਪਿਆ ਤੇ ਕਈ 90 ਮਿੰਟਾਂ ਤੱਕ ਲੇਟ ਹੋ ਗਈਆਂ ਤੇ 2.5 ਲੱਖ ਯਾਤਰੀਆਂ ਦੇ ਪ੍ਰਭਾਵਿਤ ਹੋਣ ਦੀ ਖਬਰ ਮਿਲੀ ਹੈ ਰੇਲਵੇ ਨੈਟਵਰਕ ਤੇ ਹਮਲਾ ਕਿਸ ਨੇ ਤੇ ਕਿਉਂ ਕੀਤਾ ਇਸ ਦੀ ਪੂਰੀ ਜਿਹੜੀ ਜਾਣਕਾਰੀ ਆ ਉਹ ਤਾਂ ਹਲੇ ਤੱਕ ਸਾਹਮਣੇ ਨਹੀਂ ਆਈ ਪਰ ਉਸ ਦੇ ਪ੍ਰਧਾਨ ਮੰਤਰੀ ਗੈਬਰੀਅਲ ਅਟਲ ਨੇ ਹਮਲੇ ਨੂੰ 올림픽ਸ ਦੇ ਵਿੱਚ ਵਿਗਨ ਪਾਉਣ ਦੀ ਸਾਜ਼ਿਸ਼ ਦੱਸਿਆ ਫਰਾਂਸ ਦੇ ਟ੍ਰਾਂਸਪੋਰਟ ਮਨਿਸਟਰ ਨੇ ਕਿਹਾ ਕਿ ਜਾਂਚ ਕਰ ਰਹੀ ਅਧਿਕਾਰੀਆਂ ਨੂੰ ਉਹ ਡਿਵਾਈਸ ਵੀ ਮਿਲੇ ਨੇ ਜਿਨ੍ਹਾਂ ਨਾਲ ਅੱਗ ਲਾਈ ਗਈ ਸੀ ਉਪਕਰਣ ਮਿਲ ਗਏ ਨੇ ਪ੍ਰਧਾਨ ਮੰਤਰੀ ਗੈਪਰੀਅਲ ਅਟਲ ਨੇ ਕਿਹਾ ਕਿ ਰੇਲਵੇ ਨੈਟਵਰਕ ਤੇ ਹਮਲਾ ਸੂਚੀ ਸਮਝੀ ਸਾਜ਼ਿਸ਼ੀ ਹਮਲਾਵਰਾਂ ਨੇ ਸਿਸਟਮ ਦੇ ਮੁੱਖ ਜਿਹੜੇ ਥਾਂ ਸੀ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਿਸ ਨਾਲ ਰੇਲਵੇ ਕੁਝ ਦੇਰ ਦੇ ਲਈ ਠੱਪ ਹੋ ਗਿਆ ਹਾਲਾਂਕਿ ਹੁਣ ਮੁੜ ਤੋਂ ਚਾਲੂ ਹੋ ਗਿਆ ਤੇ ਉਹਨਾਂ ਦੀ ਇਸ ਕਾਰਵਾਈ ਤੋਂ ਕਹਿੰਦੇ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਰੇਲ ਨੈਟਵਰਕ ਦੇ ਬਾਰੇ ਪੂਰੀ ਜਾਣਕਾਰੀ ਸੀ ਜਰਮਨ ਦੀ ਖਬਰਾਂ ਏਜੰਸੀ ਡੀਪੀਏ ਮੁਤਾਬਕ ਪ੍ਰਭਾਵਿਤ ਹੋਣ ਵਾਲੇ ਯਾਤਰੀਆਂ ਦੇ ਵਿੱਚ ਦੋ ਜਰਮਨ ਐਥਲੀਟ ਵੀ ਸ਼ਾਮਲ ਸਨ ਜੋ ਉਦਘਾਟਨੀ ਸਮਾਗਮ ਵਿੱਚ ਹਿੱਸਾ ਲੈਣ ਦੇ ਲਈ ਪੈਰਿਸ ਜਾਣ ਵਾਲੀ ਰੇਲ ਗੱਡੀ ਵਿੱਚ ਸਵਾਰ ਸਨ ਪਰ ਇਹਨਾਂ ਘਟਨਾਵਾਂ ਕਰਕੇ ਉਹਨਾਂ ਨੂੰ ਬੈਲਜੀਅਮ ਵਾਪਸ ਜਾਣਾ ਪਿਆ ਤੇ ਸਮਾਗਮ ਦੇ ਵਿੱਚ ਹਿੱਸਾ ਨਹੀਂ ਲੈ ਸਕੇ ਭਾਰਤ ਦੇ ਪ੍ਰਧਾਨ ਮੰਤਰੀ ਗੈਬਰੀਅਲ ਅਟਲ ਨੇ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦੇਸ਼ ਦੀਆਂ ਖੁਫੀਆ ਏਜੰਸੀਆਂ ਨੂੰ ਮੌਲਸਮਾਂ ਦੀ ਪਾਲ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਤੇ ਸੋਚੀ ਸਮਝੀ ਸਾਜ਼ਿਸ਼ ਉਹਨਾਂ ਨੇ ਇਕਰਾਰ ਦਿੱਤਾ ਹੈ ਹਾਲਾਂਕਿ ਇਸ ਦੌਰਾਨ ਕਿਸੇ ਦੇ ਜ਼ਖਮੀ ਹੋਣ ਤੋਂ ਬਚਾਰ ਰਿਹਾ ਹੈ 올림픽ਸ ਦੇ ਵਿੱਚ ਅੱਜ ਭਾਰਤੀ ਹਾਕੀ ਟੀਮ ਦਾ ਨਿਊਜ਼ੀਲੈਂਡ ਦੇ ਨਾਲ ਮੁਕਾਬਲਾ ਹੋਵੇਗਾ ਹਾਕੀ ਤੋਂ ਇਲਾਵਾ ਅੱਜ ਬੈਡਮਿੰਟਨ ਮੁੱਕੇਬਾਜ਼ੀ ਟੇਬਲ ਟੈਨਿਸ ਰੋਇੰਗ ਤੇ ਨਿਸ਼ਾਨੇਬਾਜ਼ੀ ਦੇ ਮੁਕਾਬਲੇ ਹੋਣਗੇ ਤੇ ਭਾਰਤ ਦੇ ਨਿਸ਼ਾਨੇਬਾਜ਼ 12 ਸਾਲਾਂ ਦਾ ਤਗਮਿਆਂ ਦਾ ਸੋਕਾ ਖਤਮ ਕਰਨ ਦੇ ਲਈ ਐਡ ਕੀ ਤਿਆਰ ਨੇ 10 ਮੀਟਰ 에ਅਰ ਰਾਈਫਲ ਮਿਕਸ ਟੀਮ ਦੇ ਵਿੱਚ ਸੰਦੀਪ ਸਿੰਘ, ਅਰਜਨ ਬਬੂਤਾ, ਰਮਤਾ ਜਿੰਦਲ ਭੜਨਗੇ। ਇਸੇ ਤਰ੍ਹਾਂ 10 ਮੀਟਰ 에ਅਰ ਰਾਈਫਲ 에ਅਰ ਪਿਸਟਲ ਪੁਰਸ਼ ਦੇ ਵਿੱਚ ਅਰਜਨ ਚਿਮਾ ਤੇ ਸਰਬਜੋਤ ਸਿੰਘ ਮੁਕਾਬਲਾ ਕਰਨਗੇ। 10 ਮੀਟਰ 에어 ਪਿਸਟਲ ਦੇ ਮਹਿਲਾ ਦੇ ਵਿੱਚ ਮਨੁਪਾਕ ਤੇ ਰਿਦਮ ਸਾੰਘਵਾਨ ਉਤਰਨ ਗਿਆ। ਸੋ 올림픽ਸ ਦੇ ਵਿੱਚ ਸ਼ਾਮਿਲ ਹੋਣ ਵਾਲੇ ਭਾਰਤ ਸਮੇਤ ਸਾਰੇ ਮੁਲਕਾਂ ਦੇ ਖਿਡਾਰੀਆਂ ਨੂੰ ਅਸੀਂ ਸ਼ੁਭਕਾਮਨਾਵਾਂ ਦਿੰਦੇ ਹਾਂ। ਪੰਜਾਬ ਦੇ ਮੁੱਖ ਮੰਤਰੀ ਅੱਜ ਸੋਥਾ ਤੋਂ ਮਾਲਵਾ ਨਹਿਰ ਦਾ ਮੋਢ ਬੰਨਣਗੇ। ਹਲਕਾ ਗਿੱਦੜਵਾਹਾ ਦੇ ਪਿੰਡ ਸੋਥਾ ਤੋਂ ਨਵੀਂ ਮਾਲਵਾ ਨਹਿਰ ਸ਼ੁਰੂ ਕੀਤੀ ਜਾਣੀ ਹੈ। ਮੁੱਖ ਮੰਤਰੀ ਭਗਵੰਤ ਮਾਨ ਇਸ ਨਹਿਰ ਦੀ ਸਰਵੇਦਾ ਨਰੀਖਣ ਕਰਨਗੇ। ਮੁੱਖ ਮੰਤਰੀ ਨੇ ਜਲ ਸਰੋਤ ਵਿਭਾਗ ਦੀ ਸਾਰੀ ਟੀਮ ਨੂੰ ਪਿੰਡ ਸੋਥਾ ਦੇ ਵਿੱਚ ਬੁਲਾਇਆ ਹੈ ਤੇ ਮਾਲਵਾ ਖੇਤ ਵਿੱਚ ਨਹਿਰੀ ਪਾਣੀ ਦੀ ਕਮੀ ਨੂੰ ਪੂਰਾ ਕਰਨ ਅਸਤੇ ਨਵੀਂ ਨਹਿਰ ਬਣਾਉਣ ਦਾ ਪਿਛਲੇ ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਐਲਾਨ ਕੀਤਾ ਸੀ ਇਸ ਨਹਿਰ ਨਾਲ ਮਾਲਵਾ ਖਿੱਤੇ ਦੇ 62 ਪਿੰਡਾਂ ਦੇ ਕਰੀਬ 2 ਲੱਖ 1 ਟਰੈਕ ਬੀ ਨੂੰ ਨਹਿਰੀ ਪਾਣੀ ਦੀ ਸਹੂਲਤ ਮਿਲੇਗੀ ਇਹਨਾਂ ਦੇ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ 28 ਪਿੰਡ ਫਰੀਦਕੋਟ ਦੇ 10 ਸ੍ਰੀ ਮੁਕਸਰ ਸਾਹਿਬ ਦੇ 24 ਪਿੰਡ ਸ਼ਾਮਿਲ ਨੇ ਗਿਦਰਬਾਹ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਮੁੱਖ ਮੰਤਰੀ ਵੱਲੋਂ ਮਾਲਵਾ ਨਹਿਰ ਦੀ ਤਿਆਰੀ ਵਿੱਡੇ ਜਾਣ ਦੇ ਸਿਆਸੀ ਮਾਇਨੇ ਵੀ ਹਨ ਦੇਖਿਆ ਜਾਵੇ ਤਾਂ ਆਪ ਸਰਕਾਰ ਇਸ ਮਾਲਵਾ ਨਹਿਰ ਦਾ ਗਿਦਰਬਾਹ ਜ਼ਿਮਨੀ ਚੋਣ ਵਿੱਚ ਸਿਆਸੀ ਲਾਹ ਲੈਣ ਦੀ ਕੋਸ਼ਿਸ਼ ਕਰੇਗੀ ਮਾਲਵਾ ਨਹਿਰ ਵਾਸਤੇ ਤਿੰਨ ਜ਼ਿਲ੍ਹਿਆਂ ਦੀ ਕਰੀਬ 1328 ਏਕੜ ਜ਼ਮੀਨ ਐਕਵਾਇਰ ਹੋਵੇਗੀ ਜੋ ਪੰਜਾਬ ਸਰਕਾਰ ਸਾਹਮਣੇ ਇੱਕ ਵੱਡਾ ਚੈਲੰਜ ਹੈ ਕਿ ਉਸ ਜ਼ਮੀਨ ਨੂੰ ਕਿਵੇਂ ਲੈਣਾ ਹੈ ਕਿਸਾਨਾਂ ਤੋਂ ਤੇ ਕਿਸਾਨਾਂ ਨੂੰ ਭਾ ਕੀ ਦੇਣਾ ਹੈ ਦਰਅਸਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਲੁਧਿਆਣਾ ਦਾ ਐਮਪੀ ਚੁਣੇ ਜਾਣ ਤੋਂ ਬਾਅਦ ਇਸ ਸੀਟ ਤੋਂ ਅਸਤੀਫਾ ਦਿੱਤਾ ਗਿਆ ਹੈ ਸੋ ਇੱਥੇ ਵਿਧਾਨ ਸਭਾ ਦੀ ਜ਼ਿਮਨੀ ਚੋਣ ਹੋਣੀ ਹੈ ਤੇ ਜ਼ਿਮਨੀ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਇੱਕ ਕਦਮ ਚੁੱਕਿਆ ਹੈ ਸੁਪਿਆਂ ਦੇ ਰਾਜਪਾਲਾਂ ਵੱਲੋਂ ਬਿਲਾ ਤੇ ਸਹਿਮਤੀ ਨਾ ਦੇਣ ਦੇ ਮਾਮਲਿਆਂ ਦੇ ਵਿੱਚ ਕੇਰਲਾ ਤੇ ਪੱਛਮੀ ਬੰਗਾਲ ਦੀਆਂ ਵੱਖ-ਵੱਖ ਅਰਜ਼ੀਆਂ ਤੇ ਸੁਪਰੀਮ ਕੋਰਟ ਸੁਣਵਾਈ ਦੇ ਲਈ ਰਾਜ਼ੀ ਹੋ ਗਈ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਬੰਗਾਲ ਤੇ ਕੇਰਲਾ ਦੇ ਰਾਜਪਾਲਾਂ ਦੇ ਸਖਤਰਾਂ ਤੋਂ ਜਵਾਬ ਤਲਬ ਕੀਤਾ ਗਿਆ ਹੈ। ਦੋਵੇਂ ਸੂਬਿਆਂ ਦੀਆਂ ਅਰਜ਼ੀਆਂ ਤੇ ਸੁਪਰੀਮ ਕੋਰਟ ਵੱਖੋ-ਵੱਖਰੇ ਤੌਰ ਤੇ ਸੁਣਵਾਈ ਕਰੇਗੀ। ਕੇਰਲਾ ਨੇ ਵੀ ਦੋਸ਼ ਲਾਇਆ ਕਿ ਰਾਜਪਾਲ ਆਰਿਫ ਮੁਹੰਮਦ ਮੁਹੰਮਦ ਖਾਨ ਨੇ ਵਿਧਾਨ ਸਭਾ ਵੱਲੋਂ ਪਾਸ ਕੁਝ ਬਿੱਲ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਕੋਲ ਭੇਜ ਦਿੱਤੇ ਨੇ ਜਿਹੜੇ ਹਾਲੇ ਤੱਕ ਪਰਵਾਹ ਨਹੀਂ ਹੋਏ। ਤੇ ਸਿਖਰਲੀ ਅਦਾਲਤ ਹੁਣ ਇਸ ਮਸਲੇ ਤੇ ਸੁਣਵਾਈ ਕਰੇਗੀ। ਮਰਹੂਮ ਪੰਜਾਬੀ ਗਾਇਕ ਸੁਖਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਕੇਸ ਸੰਬੰਧੀ ਕੱਲ ਮਾਨਸਾ ਦੀ ਅਦਾਲਤ ਵਿੱਚ ਵੀਡੀਓ ਕਾਨਫਰencing ਰਾਹੀਂ ਮੁ ਪਹਿਲਾ ਕਾਰਨ ਤਾਂ ਇਹ ਕਿ ਕੇਸ ਨਾਲ ਸੰਬੰਧਿਤ ਦੀਪਕ ਮੁੰਡੀ ਕਪਲ ਪੰਡਤ ਦੀਪਕ ਟਿੰਨੂ ਤੇ ਜੱਗੀ ਜੱਗੂ ਭਗਵਾਨਪੁਰਿਆ ਪ੍ਰੋਡਕਸ਼ਨ ਵਾਰੰਟ ਤੇ ਕਿਤੇ ਹੋਰ ਗਈ ਹੋਣ ਕਰਕੇ ਪੇਸ਼ ਨਹੀਂ ਹੋ ਸਕੇ ਦੂਸਰੇ ਪਾਸੇ ਦੂਜਾ ਕਾਰਨ ਇਹ ਰਿਹਾ ਕਿ ਚੰਡੀਗੜ੍ਹ 바ਰ ਐਸੋਸੀਏਸ਼ਨ ਦੇ ਵੱਲੋਂ ਕੱਲ ਸਵੇਰ ਪਰ ਵਿੱਚ ਬੰਦ ਦਾ ਸੱਦਾ ਦਿੱਤਾ ਸੀ ਇਸ ਕਰਕੇ ਮੂਸੀ ਵਾਲੇ ਦੇ ਵਕੀਲ ਵੀ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕੇ ਜਿਸ ਕਾਰਨ ਗਵਾਹਾਂ ਸਿਰੇ ਨਹੀਂ ਚੜ ਸਕੀਆਂ ਤੇ ਹੁਣ ਮਾਮਲੇ ਦੀ ਅਗਲੀ ਸੁਣਵਾਈ 16 ਅਗਸਤ ਨੂੰ ਹੋਵੇਗੀ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ ਵਿੱਚ 11ਵੀਂ ਜਮਾਤ ਵਿੱਚ ਦਾਖਲੇ ਲਈ ਦੂਸਰੀ ਕਾਉਂਸਲਿੰਗ ਹੋਵੇਗੀ ਜਿਸ ਵਿੱਚ ਸਰਕਾਰੀ ਸਕੂਲਾਂ ਦੇ 10ਵੀਂ ਪਾਸ ਕਰਨ ਵਾਲੇ ਤੇ ਦਾਖਲੇ ਤੋਂ ਵਾਂਝ ਵਿਦਿਆਰਥੀਆਂ ਨੂੰ ਪਹਿਲ ਦੇ ਆਧਾਰ ਤੇ ਦਾਖਲਾ ਮਿਲੇਗਾ ਇਸ ਕਾਉਂਸਲਿੰਗ ਲਈ ਸੋਦੇ ਫਾਰਮ 31 ਜੁਲਾਈ ਤੋਂ ਮਿਲਨੇ ਸ਼ੁਰੂ ਹੋ ਜਾਣਗੇ 5 ਅਗਸਤ ਆਖਰੀ ਮਿਤੀ ਹੋਵੇਗੀ